मुद्दों का जिक्र किया तो तुसीं नशे का भी जिक्र किया। तो नशे के मुद्दे के उत्ते जेकर आइए तो पंजाब सरकार बेशक बड़े बड़े दावे कर रही है, पर लगातार अजिहियां तस्वीर आ रही ने कि किते नशा तस्कर नूं रोकिया गया तो उसके वालों कतल कर दिता गया, या फिर किसी ने रोकिया तो उसकी उंगलियां बढ़ दित्तियां। तो लगातार अजिहे माहौल बन रहा है, तुसीं किवें देख रहे हो? देखो बड़ी वड्डी गल आ, मतलब ये आ जिन्हां दे उत्ते मुद्दों के उत्ते सारिआं नूं बार-बार चर्चा करनी चाहिए है भी नशा आ कित्थों रिहा जी, कौन नशा विका रिहा, किहड़े बंदे आ जिहड़े बाद विच इहो जिहे इंसीडेंट सामने आउंदे आ जी, और समाजिक तौर दे उत्ते असीं उहदे अंदर की कर सकदे हां। पंजाब असीं नौजवान ਨੂੰ ਮਰਦੇ ਵੇਖਿਆ ਸੀ, ਆਪਣੇ ਆਪ ਦੇ ਨਾਲ ਦੇ ਮੁੰਡਿਆਂ ਨੂੰ ਜਾਂਦੇ ਵੇਖਿਆ ਜੀ, ਔਰ ਬੜੇ ਅਫਸੋਸ ਦੀ ਗੱਲ ਆ ਵੀ ਅਸੀਂ ਇਹਨਾਂ ਬਾਰੇ ਸ਼ਾਇਦ ਪੁਖਤਾ ਕਦਮ ਨਹੀਂ ਚੱਕ ਸਕੇ, ਨਾ ਸਾਡੀ ਸਰਕਾਰ ਚੱਕ ਸਕੀ ਨਾ ਹੁੰਦੀ ਸਰਕਾਰ ਚੱਕ ਰਹੀ ਆ, ਔਰ ਕਿਤੇ ਨਾ ਕਿਤੇ ਇਹ ਮੁੱਦਾ ਜਿਹੜਾ ਵਾ ਇਹ ਵੀ ਹੌਲੀ 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 ਠੰਡੇ ਬਸਤੇ 'ਚ ਪੈ ਜਾਂਦਾ ਔਰ ਲੋਕਾਂ ਨੂੰ ਇਹ ਨੋਰਮਲ ਹੀ ਲੱਗਣ ਲੱਗ ਪੈਂਦਾ। ਅੱਜ ਕਿਤੇ ਨਸ਼ੇ ਨਾਲ ਕੋਈ ਮੁੰਡਾ ਮਰਦਾ ਜਾਂ ਕਿਸੇ ਜਿਵੇਂ ਤੋਂ ਸਿਧਾਣੇ ਪਿੰਡ ਵਾਲੀ ਤੁਸੀਂ ਗੱਲ ਕਰ ਰਹੇ ਸੀ ਉਹ ਕੁਝ ਹੁੰਦਾ ਵਾ ਤੇ ਉਹ ਗੱਲਾਂ ਫਿਰ ਨੋਰਮਲ ਰੂਟੀਨ 'ਚ ਬਣ ਜਾਂਦੀਆਂ ਔਰ ਫਿਰ ਉਹ ਗੱਲਾਂ ਦੇ ਨਾਲ ਸਾਨੂੰ ਫਰਕ ਪੈਣੋਂ ਹਟ ਜਾਂਦਾ। ਉਹ ਸਟੇਜ ਨਾ ਆਵੇ ਜਦੋਂ ਆਪਾਂ ਨੂੰ ਨਸ਼ੇ ਵਾਲੀ ਮੌਤ ਦੇ ਉੱਤੇ ਫਰਕ ਹੀ ਪੈਣਾ ਹਟ ਜੀ। ਢਿੱਲੋਂ ਜੀ ਇਸ ਤੋਂ ਇਲਾਵਾ ਹੁਣ ਹੜ੍ਹਾਂ ਦੇ ਮੁੱਦੇ 'ਤੇ ਆਈਏ ਤਾਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਉਹ ਤਾਂ ਇਹ ਦਾਅਵਾ ਕਰਦੇ ਨੇ ਕਿ ਮੁਰਗੀ ਤੱਕ ਦਾ ਮੈਂ ਮੁਆਵਜ਼ਾ ਦੂੰਗਾ, ਪਰ ਉੱਥੇ ਹੀ ਕਿਸਾਨ ਇਸ ਮੁਆਵਜ਼ੇ ਤੋਂ ਨਾ ਖੁਸ਼ ਦਿਖਾਈ ਦੇ ਰਹੇ ਨੇ। ਤੇ ਜੇਕਰ ਅੱਜ ਦੀ ਮੌਜੂਦਾ ਸਥਿਤੀ ਦੀ ਗੱਲ ਕਰਾਂ ਤਾਂ ਅੱਜ ਪਟਵਾਰੀਆਂ ਨੇ ਗੋਦਾਵਰੀ ਕਰਨ ਤੋਂ ਮਨਾ ਕਰ ਦਿੱਤਾ ਹੈ ਕਿ ਅਸੀਂ ਐਕਸਟਰਾ ਕੰਮ ਨਹੀਂ ਕਰਾਂਗੇ, ਗੋਦਾਵਰੀਆਂ ਨਹੀਂ ਕਰਾਂਗੇ ਕਿਸਾਨਾਂ ਦੀਆਂ। ਦੇਖੋ ਦੁਨੀਆ ਇਹੀ ਤਾਂ ਸਰਕਾਰ ਦੀ ਮੰਦਭਾਗੀ ਗੱਲ ਹੈ, ਇਹ ਤੋਂ ਪਟਵਾਰੀ ਤੱਕ ਨਹੀਂ ਕਾਬੂ ਆ ਰਹੇ जी। सरकार दे विच लास्ट लाइन ऑफ होई हुंदी है भी पटवारी आ, ये सरकार दी गल पटवारी भी नहीं सुनदे, उहदे नाल तंग परेशान कौन हुंदा? आम बंदा। ये सरकार दी गल टीचर नहीं सुनदे, टीचर नूं किते किते ड्यूटियां इहो जी जगह ला दिंदे जिथे लाण वाली नहीं हुंदी। PRTC भी बसां अपनी रैलियां च लै जांदे आ, बंदे बाहरों लिया लाई जांदे आ, किते दिल्लीओं लिया के कोई राज्य सभा बनाता, कोई चेयरमैन बनाता। सो कुल मिला के जो पंजाब दा बेड़ा गर्के करदे पए आ, इहो जिहा करी 70-75 सालां च नहीं होया जी। ਇਹੋ ਜਿਹਾ ਪੰਜਾਬ ਦੇ ਹਾਲਾਤ ਤੱਕ ਕਿਸੇ ਸਰਕਾਰ ਦੇ ਐ ਨਹੀਂ ਬਣੇ ਵੀ ਪਟਵਾਰੀ ਚੱਕ ਕੇ CM ਨੂੰ ਚੈਲੰਜ ਕਰਦੇ ਨੇ। ਦੇਖੋ ਜਿਸ ਦਿਨ ਮੁੱਖ ਮੰਤਰੀ ਬਣੇ ਸੀ ਸੈਕਟਰੀਏਟ ਗਏ ਸੀ, ਕਿੰਨਾ ਮੁਲਾਜ਼ਮਾਂ ਨੇ ਇਹਨਾਂ ਦਾ ਸਵਾਗਤ ਕੀਤਾ ਸੀ ਜ਼ਬਰਦਸਤ। ਅੱਜ ਦੇ ਸਮੇਂ ਸਾਰੇ ਮੁਲਾਜ਼ਮ ਵੀ ਇਹਨਾਂ ਤੋਂ ਦੁਖੀ, ਕਿਉਂਕਿ ਆਪਣੇ ਗਲਤ ਕੰਮ ਕਰਵਾਉਂਦੇ ਆ ਜੀ। ਆਪਣੇ ਜਿਹੜਾ ਵੀ ਕੋਈ ਕੰਮ ਕਰਵਾਉਣਾ ਹੁੰਦਾ ਉਹ ਧੌਣ ਤੇ ਗੋਡਾ ਰੱਖ ਕੇ ਕਰਵਾਉਂਦੇ ਆ ਤੇ ਬਾਅਦ ਵਿੱਚ ਉਹਨਾਂ ਨੂੰ ਟੰਗ ਦਿੰਦੇ ਆ ਜੀ। ਸੋ ਕਿਤੇ ਨਾ ਕਿਤੇ ਸਾਨੂੰ ਸੋਚਣਾ ਪਊਗਾ, ਇਹਨਾਂ ਨੂੰ ਜਿਹੜੀ ਪਾਰਦਰਸ਼ਤਾ ਦੀ ਗੱਲ ਕਰਦੇ ਆ ਕਿੰਨੇ ਕੁ ਪਾਰਦਰਸ਼ਤਾ ਦੇ ਨਾਲ ਇਹ ਕੰਮ ਕਰ ਰਹੇ, ਉਹ ਸਾਰਿਆਂ ਦੇ ਸਾਹਮਣੇ ਆ। ਇਹਨਾਂ ਦੇ MLA ਨੇ ਲੁੱਟਣਾ ਸ਼ੁਰੂ ਕੀਤਾ ਹੋਇਆ, ਇਹਨਾਂ ਦੇ ਮੰਤਰੀਆਂ ਦੇ ਉੱਤੇ ਕਰਪਸ਼ਨ ਦੇ ਇਲਜ਼ਾਮ ਲੱਗਦੇ, ਐਕਸਾਈਜ਼ ਦੀ ਪਾਲਿਸੀ ਦੇ ਉੱਤੇ ਇਹਨਾਂ ਤੇ ਵੱਡੇ ਇਲਜ਼ਾਮ ਲੱਗੇ ਆ ਕਰਪਸ਼ਨ ਦੇ ਜੀ। ਔਰ ਤੁਸੀਂ ਪਟਵਾਰੀ ਨੂੰ ਫੜ ਕੇ ਅੰਦਰ ਦੇ ਕੇ ਕਹਿੰਦੇ ਵੀ ਅਸੀਂ ਕਰਪਸ਼ਨ ਖਤਮ ਕਰਤੀ। ਕਰਪਸ਼ਨ ਉਦੋਂ ਖਤਮ ਹੋਊਗੀ ਜਦੋਂ ਤੁਸੀਂ ਐਕਸਾਈਜ਼ ਪਾਲਿਸੀ ਦੱਸੋਗੇ, ਤੁਸੀਂ ਕਿੰਨੇ ਪੈਸੇ ਕਮਾਏ, ਕੇਜਰੀਵਾਲ ਨੂੰ ਕਿੰਨੇ ਪੈਸੇ ਦਿੱਤੇ, ਤੁਹਾਡੇ ਅਫਸਰਾਂ ਨੇ ਪੈਸੇ ਕਿੰਨੇ ਉਹਦੇ ਵਿੱਚ ਗੜਬੜ ਕੀਤੀ ਜੀ। ਜਦ ਤੱਕ ਉਹ ਮੁੱਦਿਆਂ ਦੇ ਉੱਤੇ ਕਲੀਅਰ ਨਹੀਂ ਆਣਗੇ, ਕਰਪਸ਼ਨ ਕਿੱਥੋਂ ਪੰਜਾਬ 'ਚ ਖਤਮ ਹੋ